ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਗੁਰਮੁਖ ਪਿਆਰੇ ਭਾਈ ਰਘਬੀਰ ਸਿੰਘ ਬੀਰ ਜੀ ਵੱਲੋਂ ਲਿਖੀ ਪੁਸਤਕ ਸਰਬ ਰੋਗ ਕਾ ਔਖਦ ਨਾਮ ਪੜ੍ਹਨ ਜਾ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੂਮਿਕਾ ਸਰਬ ਰੋਗ ਕਾ ਔਖਦ ਨਾਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਕਤ ਮਹਾਂਵਾਕ ਪੜ੍ਹ ਕੇ ਹਰ ਪੁਰਸ਼ ਦਾ ਦਿਲ ਕਰਦਾ ਹੈ ਕਿ ਉਹ ਆਪਣੇ ਮਨ ਅਤੇ ਤਨ ਦੇ ਸਾਰੇ ਰੋਗ ਕੇਵਲ ਨਾਮ ਨਾਲ ਹੀ ਰਾਜ਼ੀ ਕਰੇ। ਗੁਰਬਾਣੀ ਵਿੱਚ ਉਕਤ ਮਹਾਂਵਾਕ ਦੀ ਪ੍ਰੋੜਤਾ ਵਿੱਚ ਹੋਰ ਵੀ ਕਈ ਸ਼ਬਦ ਹਨ, ਜਿਹਾ ਕਿ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ, ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਪਿਆ। ਅਤੇ ਇਹ 16 ਆਨੇ ਪੂਰੀ ਸੱਚਾਈ ਹੈ, ਕਿਉਂਕਿ ਮਨ 'ਚ ਇੱਕੋ ਵੇਲੇ ਅਤੇ ਕੇਵਲ ਇੱਕ ਖਿਆਲ ਜਾਂ ਫੁਰਨਾ ਹੀ ਆ ਸਕਦਾ ਜਾਂ ਠਹਿਰ ਸਕਦਾ ਹੈ। ਜਿਸ ਮਨ ਵਿੱਚ ਆਠ ਪਹਿਰ ਵਾਹਿਗੁਰੂ ਜੀ ਦਾ ਨਾਮ ਜਾਂ ਵਾਹਿਗੁਰੂ ਜੀ ਦੀ ਯਾਦ ਵਸੇ, ਉਸ ਮਨ ਵਿੱਚ ਬਦੀ ਦਾ ਖਿਆਲ, ਕਿਸੇ ਤਨ ਅਤੇ ਮਨ ਦੇ ਰੋਗ ਦਾ ਖਿਆਲ ਰਹਿ ਹੀ ਨਹੀਂ ਸਕਦਾ। ਗੁਰਮਤਿ ਦਾ ਇਹ ਸਿਧਾਂਤ ਹੈ ਕਿ ਜੈਸਾ ਸੇਵੈ ਤੈ ਸੋ ਹੋਏ। ਜਿਸ ਮਨ ਵਿੱਚ ਅੱਠੇ ਪਹਿਰ ਵਾਹਿਗੁਰੂ ਜੀ ਦਾ ਨਾਮ ਦਾ ਨਿਵਾਸ ਰਹੇ, ਜ਼ਰੂਰੀ ਹੈ ਕਿ ਉਸ ਮਨ ਵਿੱਚ ਵਾਹਿਗੁਰੂ ਜੀ ਤੋਂ ਉਲਟ ਬਦੀ, ਪਾਪ, ਦੁੱਖ, ਬਿਮਾਰੀ ਅਤੇ ਮੌਤ ਦਾ ਕਿਸੇ ਸੂਰਤ ਵਿੱਚ ਖਿਆਲ ਨਾ ਆਵੇ। ਜੇ ਬਦੀ ਦਾ ਖਿਆਲ ਹੀ ਨਾ ਆਵੇ ਤਾਂ ਉਹ ਤਨ ਅਤੇ ਮਨ 'ਤੇ ਆਪਣਾ ਵਾਰ ਕਰ ਹੀ ਨਹੀਂ ਸਕਦੀ। ਪਰ ਇਸ ਅਵਸਥਾ ਵਿੱਚ ਖੇਡ ਉਹ ਗੁਰਮੁਖ ਹੀ ਸਕਦੇ ਹਨ ਜਿਹੜੇ ਆਠ ਪਹਿਰ ਆਰਾਧੋ ਦਾ ਜਾਂ ਨਾਮ ਜਪਣ ਦਾ ਜੀਵਨ ਬਤੀਤ ਕਰਦੇ ਹੋਣ। ਇਸ ਅਵਸਥਾ ਵਿੱਚ ਖੇਡ ਉਹ ਗੁਰਮੁਖ ਹੀ ਸਕਦੇ ਹਨ ਜਿਹੜੇ ਆਠ ਪਹਿਰ ਆਰਾਧੋ ਦਾ ਜਾਂ ਨਾਮ ਜਪਣ ਦਾ ਜੀਵਨ ਬਤੀਤ ਕਰਦੇ ਹੋਣ। ਇਹ ਸਭ ਤੋਂ ਉੱਤਮ ਅਵਸਥਾ ਹੈ ਅਤੇ ਹਰ ਗੁਰਮੁਖ ਦਾ ਨਿਸ਼ਾਨਾ ਆਪਣੇ ਜੀਵਨ ਵਿੱਚ ਆਠ ਪਹਿਰ ਆਰਾਧੋ ਦੀ ਅਵਸਥਾ ਵਿੱਚ ਪਹੁੰਚਣਾ ਹੈ। ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰਾ। ਇਸ ਦਾ ਮਤਲਬ ਇਹ ਵੀ ਨਹੀਂ ਕਿ ਗੁਰਸਿੱਖ ਨੇ ਸੋਣਾ ਹੀ ਨਹੀਂ। ਇਸ ਦਾ ਮਤਲਬ ਇਹ ਹੈ ਕਿ ਸਿਮਰਨ ਵਿੱਚ ਸੁਰਤ ਰੱਖ ਕੇ ਵਾਹਿਗੁਰੂ ਜੀ ਦੀ ਯਾਦ ਵਿੱਚ ਸਰੀਰ ਦੀ ਲੋੜ ਅਨੁਸਾਰ ਗੁਰਸਿੱਖ ਨੇ ਸਹਿਜ ਹੀ ਸੋਣਾ ਅਤੇ ਸਹਿਜ ਹੀ ਜਾਗਣਾ ਹੈ। ਪਰ ਆਠ ਪਹਿਰ ਆਰਾਧਨ ਵਾਲੀ ਉੱਚੀ ਅਵਸਥਾ ਵਿੱਚ ਜਿਹੜੇ ਗੁਰਸਿੱਖ ਅਜੇ ਤੱਕ ਨਹੀਂ ਪਹੁੰਚੇ, ਉਹਨਾਂ ਵਾਸਤੇ ਗੁਰਬਾਣੀ ਅਨੁਸਾਰ ਡਾਕਟਰਾਂ ਹਕੀਮਾਂ ਦੀ ਸਹਾਇਤਾ ਲੈਣੀ ਅਤੇ ਦਵਾਈ ਦਾਰੂ ਵਰਤਣ ਦੀ ਮਨਾਹੀ ਵੀ ਨਹੀਂ। ਦਵਾਈ ਵਰਤਣ ਸਾਰ ਵਾਹਿਗੁਰੂ ਜੀ ਨੂੰ ਯਾਦ ਰੱਖਦਿਆਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਿਆਂ ਦਵਾਈ ਵਰਤਣ ਦੀ ਵੀ ਖੁੱਲ੍ਹ ਹੈ। ਗੁਰਮਤਿ ਅਨੁਸਾਰ ਦਵਾਈ ਵਿੱਚ ਸ਼ਫਾਹ ਵਾਹਿਗੁਰੂ ਜੀ ਵੱਲੋਂ ਪੈਂਦੀ ਹੈ। ਡਾਕਟਰੀ ਇਲਮ ਅਨੁਸਾਰ ਵੀ ਹੀਲਿੰਗ ਕਮਸ ਫਰੋਮ ਵਿਦਇਨ, ਸ਼ਫਾ ਦਾ ਸਾਡੇ ਅੰਦਰੋਂ ਉਪਜਦੀ ਹੈ। ਡਾਕਟਰੀ ਇਲਮ ਅਨੁਸਾਰ ਵੀ ਹੀਲਿੰਗ ਕਮਸ ਫਰੋਮ ਵਿਦਇਨ, ਸ਼ਫਾ ਸਦਾ ਸਾਡੇ ਅੰਦਰੋਂ ਉਪਜਦੀ ਹੈ। ਦਵਾਈਆਂ ਕੇਵਲ ਰਾਜ਼ੀ ਹੋਣ ਵਿੱਚ ਮਦਦ ਕਰ ਸਕਦੀਆਂ ਹਨ, ਪਰ ਮਰੀਜ਼ ਰਾਜ਼ੀ ਆਪਣੇ ਅੰਦਰੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਵੈਦ ਡਾਕਟਰ ਭਾਵੇਂ ਕਿਤਨੇ ਇਕੱਠੇ ਹੋ ਕੇ ਵੀ ਕਿਸੇ ਬਿਮਾਰ ਦਾ ਇਲਾਜ ਕਰਨ,
पर मरीज़ राज़ी उदों होवेगा जदों अंदरों उसनू वाहिगुरु जी राज़ी करनगे। इस लई गुरमत अनुसार गुरसिख सिमरन अभ्यासी डाक्टरां दी सलाह नाल अपनियां बीमारियां दा इलाज भी कर सकते हैं, पर उन्हां नू पता होना चाहिदा है कि इलाज अपने आप विच ही काफ़ी नहीं, इस दी सफलता वास्ते वाहिगुरु जी अगे अरदास अते वाहिगुरु जी दी सहायता अत जरूरी है। वाहिगुरु जी का खालसा, वाहिगुरु जी की फतेह।